ਟ੍ਰਾਈਸਿਟੀ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਡਿਵੈਲਪਰਸ GBB ਗਰੁੱਪ ਨੇ GBB ਕਮੈਲਿਆ ਫੇਸ 2 ਦੇ ਖਰੜ ਸਥਿਤ ਮੋਹਾਲੀ ਦੇ ਵਿੱਚ ਪੰਜੈਸ਼ਨ ਦਾ ਐਲਾਨ ਕੀਤਾ, ਜਿਸ ਦੇ ਵਿੱਚ 2 ਅਤੇ 3 BHK ਦੇ 300 ਯੂਨਿਟਸ ਸ਼ਾਮਲ ਨੇ। GBP ਕਮੈਲਿਆ ਦਾ ਦੂਸਰਾ ਫੇਸ ਲਾਂਚ ਹੋਣ ਤੋਂ ਬਾਅਦ ਨਿਰਧਾਰਤ 3 ਸਾਲ ਦੇ ਵਿੱਚ ਪੂਰਾ ਹੋ ਚੁੱਕਿਆ ਹੈ ਅਤੇ ਦੂਜੇ ਫੇਸ ਦੇ ਵਿੱਚ ਤਕਰੀਬਨ 125 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਸਾਲ 2016 ਦੇ ਵਿੱਚ ਪ੍ਰੋਜੈਕਟ ਦੀ ਸ਼ੁਰੂਆਤ ਬਾਅਦ ਸਮੁੱਚੇ ਪੰਜਾਬ ਨਾਲ ਲੋਕਾਂ ਦੀ ਸਕਾਰਾਤਮਕ ਪ੍ਰਕਿਰਿਆ 'ਤੇ ਰੁਚੀ ਵਿਖ ਰਹੀ ਹੈ। GBP ਕਮੈਲਿਆ ਪ੍ਰੋਜੈਕਟ ਵਿੱਚ ਤਕਰੀਬਨ 350 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਅਤੇ ਪ੍ਰੋਜੈਕਟ ਵਿੱਚ 950 ਯੂਨਿਟਸ ਉਪਲਬਧ ਨੇ। GBP ਗਰੁੱਪ ਨੇ ਇੱਕ ਹੋਟਲ ਦੇ ਵਿੱਚ ਆਯੋਜਿਤ ਪ੍ਰੈਸ ਕਾਨਫਰੰਸ ਦੇ ਵਿੱਚ ਆਪਣੀਆਂ ਯੋਜਨਾਵਾਂ ਦਾ ਵਿਸਥਾਰ ਦੇ ਨਾਲ ਖੁਲਾਸਾ ਕੀਤਾ। ਉਹਦੇ ਵਿੱਚ ਅਸੀਂ 800 ਯੂਨਿਟਸ ਹੋਰ ਲਾਂਚ ਕਰਾਂਗੇ ਅਤੇ ਆਲਰੇਡੀ ਉਹਦੇ ਵਿੱਚ 850 ਯੂਨਿਟ ਜਿਹੜੇ ਸੀਗੇ ਉਹਨਾਂ ਦਾ ਅਸੀਂ ਪੁਜੈਸ਼ਨ ਹੈਂਡਓਵਰ ਸ਼ੁਰੂ ਕਰਤਾ। 300 ਯੂਨਿਟ ਦਾ ਪੁਜੈਸ਼ਨ ਆਪਾਂ ਨਵੰਬਰ ਨੂੰ ਦੇ ਰਹੇ ਹਾਂ ਅਤੇ 300 ਯੂਨਿਟ ਆਪਾਂ ਮਾਰਚ 'ਚ ਦੇ ਰਹੇ ਹਾਂ ਹੋਰ ਤਾਂ, ਐਂਡ ਸਾਰਾ ਪ੍ਰੋਜੈਕਟ ਆਪਾਂ 9 ਮਹੀਨੇ ਦੇ ਵਿੱਚ ਡਿਲੀਵਰ ਕਰ ਦਾਂਗੇ। ਇਹ ਬਿਫੋਰ ਟਾਈਮ ਹੋਏਗਾ ਬਿਕੋਜ਼ ਜਿਹੜਾ ਪ੍ਰੋਜੈਕਟ ਦਾ ਟਾਈਮ ਸੀਗਾ ਉਹ 3 ਸਾਲ ਦਾ ਸੀਗਾ, ਪਰ 2.25 ਸਾਲ ਤੋਂ ਬਾਅਦ ਹੀ ਇਹਦੀ ਡਿਲੀਵਰੀ ਸ਼ੁਰੂ ਹੋ ਗਈ ਹੈ। GBP ਗਰੁੱਪ ਦੇ ਵੱਲੋਂ ਆਪਣੇ ਕੁਝ ਯੂਨਿਟਸ ਨੂੰ ਲਾਂਚ ਕੀਤਾ ਗਿਆ, ਫੇਜ਼ 2 ਦੇ ਵਿੱਚ ਪੁਜੈਸ਼ਨ ਦਿੱਤਾ ਗਿਆ ਹੈ। ਦੂਸਰੇ ਫੇਜ਼ ਦੇ ਵਿੱਚ 125 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। 2 ਅਤੇ 3 BHK ਦੇ 300 ਯੂਨਿਟਸ ਇਸ ਦੇ ਵਿੱਚ ਸ਼ਾਮਲ ਨੇ। GBP ਗਰੁੱਪ ਨੇ ਕਮੈਲਿਆ ਫੇਜ਼ 2 ਦਾ ਪੁਜੈਸ਼ਨ ਦਿੱਤਾ ਹੈ।